ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ। ਖਡੂਰ ਸਾਹਿਬ ਤੋਂ ਵੱਡੀ ਜਿੱਤ ਦਰਜ ਕਰਵਾ ਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਅੰਮ੍ਰਿਤਪਾਲ ਸਿੰਘ। ਸੋ ਉਹਨਾਂ ਦੇ ਪਤਨੀ ਕਿਰਨਦੀਪ ਕੌਰ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ। ਬੇਸ਼ੱਕ ਉਹਨਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ, ਪਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਉਹ ਵੀ ਉੱਥੇ ਪਹੁੰਚੇ ਸਨ। ਉਹਨਾਂ ਦੀ ਮੁਲਾਕਾਤ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਈ ਹੈ। ਸੋ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਫੋਨ ਕਾਲ 'ਤੇ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਕਾਰੀ ਹਾਸਲ ਕਰਾਂਗੇ ਕਿ ਕੀ ਗੱਲਬਾਤ ਹੋਈ, ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਏਗੀ। ਸਾਡੇ ਨਾਲ ਫੋਨ ਕਾਲ 'ਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ, ਅਮਨ ਬੋਲ ਰਿਹਾ ਜੀ ਲੁਧਿਆਣਾ ਟਾਈਮਸ ਤੋਂ। ਜੀ ਰਾਜਦੇਵ ਜੀ, ਅੱਜ ਤੁਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚੇ ਹੋ, ਕੀ ਗੱਲਬਾਤ ਹੋਈ ਔਰ ਕੀ ਅਗਲੀ ਰਣਨੀਤੀ ਹੋਏਗੀ? ਕਿਉਂਕਿ ਪਰਿਵਾਰਕ ਮੈਂਬਰ ਵੀ ਦੱਸਿਆ ਜਾ ਰਿਹਾ ਕਿ ਉਹ ਪਹੁੰਚੇ ਪਰ ਉਹਨਾਂ ਨੂੰ ਮੁਲਾਕਾਤ ਕਰਨ ਦਾ ਸਮਾਂ ਨਹੀਂ ਮਿਲਿਆ, ਔਰ ਤੁਸੀਂ ਜ਼ਰੂਰ ਮੁਲਾਕਾਤ ਕੀਤੀ ਹੈ, ਕੀ ਗੱਲਬਾਤ ਹੋਈ ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂਜੀ, ਉਹਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਨਾਲ ਵਿਸਤਾਰ ਦੇ ਨਾਲ ਗੱਲਬਾਤ ਹੋਈ ਜੀ। ਤੇ ਉਸ ਗੱਲਬਾਤ ਦੇ ਦਰਮਿਆਨ ਉਹਨਾਂ ਨੇ ਪਹਿਲਾਂ ਤਾਂ ਸੰਗਤ ਦਾ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਨੇ ਖਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਬਹੁਤ ਸਤਿਕਾਰ ਤੇ ਪਿਆਰ ਦਿੱਤਾ। ਤੇ ਅਕਾਲ ਜੀ ਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮਹਾਨ ਆਸ਼ੀਰਵਾਦ ਦੇ ਨਾਲ ਭਾਈ ਸਾਹਿਬ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਮੁੱਖ ਮੰਤਵ ਹੈ ਉਹ ਸਿੱਖ ਮਰਿਆਦਾ ਨੂੰ ਕਾਇਮ ਰੱਖਣਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਰੇ ਜਿੰਨੇ ਉਹਨਾਂ ਦੇ ਹੁਕਮ ਨੇ ਉਹਨਾਂ ਨੂੰ ਪੂਰਾ ਕਰਨਾ ਹੀ ਉਹਨਾਂ ਦਾ ਵੱਡਾ ਫਰਜ਼ ਹੈ ਜੀ। ਤੇ ਉਹਨਾਂ ਨੇ ਖਾਸ ਗੱਲ ਜਿਹੜੀ ਆ ਉਹ ਇਹ ਕਹੀ ਹੈ ਕਿ ਖਾਲਸਾ ਪੰਥ ਦੀਆਂ ਦੋ ਵੱਡੀਆਂ ਸੰਸਥਾਵਾਂ ਨੇ ਜੀ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਬੜੀ ਵੱਡੀ ਕੁਰਬਾਨੀ ਦੇ ਪਿੱਛੋਂ ਹੋਂਦ ਵਿੱਚ ਆਈ, ਤੇ ਦੂਸਰਾ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੀ ਪ੍ਰਤੀਨਿਧਤਾ ਕਰੀ ਜੀ। ਤੇ ਪਰੰਤੂ ਦੋਵੇਂ ਸੰਸਥਾਵਾਂ ਦੇ ਉੱਤੇ ਇਸ ਸਮੇਂ ਸਿੱਖ ਵਿਰੋਧੀ ਤਾਕਤਾਂ ਨੇ ਕਬਜ਼ਾ ਕੀਤਾ ਹੋਇਆ ਜੀ, ਜਿਹੜੇ ਸਿੱਖੀ ਦੇ ਭੇਸ ਦੇ ਵਿੱਚ ਆ ਕੇ ਸਿੱਖਾਂ ਦੀਆਂ ਜੜਾਂ ਦੇ ਵਿੱਚ ਤੇਲ ਪਾ ਰਹੇ ਨੇ ਜੀ। ਤੇ ਉਹ ਸਿੰਘਾਂ ਨੂੰ ਸ਼ਹੀਦ ਵੀ ਕਰ ਰਹੇ ਨੇ, ਬਹਿਬਲ ਕਲਾਂ ਗੋਲੀ ਚਲਾ ਤੀ, ਹੋ ਰਹੇ ਜੇ ਕੰਡ ਕੀਤੇ, ਬੇਅਦ ਵੀ ਕਰਾਈ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸੀਗੇ ਅੰਗ ਉਹ ਖਿਲਰੇ ਪਾਏ ਗਏ, ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਸਿੰਘਾਂ ਦੇ ਕੇਸ ਪਾਏ। ਸੋ ਉਹਨਾਂ ਨੇ ਬਹੁਤ ਕੁਛ ਕੀਤਾ ਜੀ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੋਹਾਂ ਸੰਸਥਾਵਾਂ ਨੂੰ ਅਜਿਹੇ ਜਿਹੜੇ ਅੰਸਰਾਂ ਤੋਂ ਯਾਦ ਕਰਾਉਣਾ ਬਹੁਤ ਜ਼ਰੂਰੀ ਹੈ ਜੀ। ਜੇ ਇਹਨਾਂ ਨੂੰ ਯਾਦ ਕਰਾ ਕੇ ਜੋ ਵੀ ਸਿੱਖਾਂ ਨੂੰ ਇਸ ਦੀ ਅਗਵਾਈ ਦਿੱਤੀ ਜਾਵੇ, ਇਹ ਬੜੀ ਵੱਡੀ ਕਾਮਯਾਬੀ ਹੋਵੇਗੀ ਜੀ। ਤੇ ਇਸ ਦੇ ਨਾਲ ਜਿਹੜਾ ਹੈ ਸਿੱਖ ਪੰਥ ਚੜ੍ਹਦੀ ਕਲਾ ਵੀ ਜਾਵੇਗਾ ਜੀ। ਅਗਲੀ ਰਣਨੀਤੀ ਬਾਰੇ ਵੀ ਉਹਨਾਂ ਨੇ ਤੁਹਾਡੇ ਨਾਲ ਕੋਈ ਚਰਚਾ ਕੀਤੀ ਕਿ ਜਦੋਂ ਮੈਂਬਰ ਪਾਰਲੀਮੈਂਟ ਤੋਂ ਹੁਣ ਉਹ ਬਣ ਗਏ ਨੇ, ਕਿਉਂਕਿ ਜਦੋਂ ਇੱਕ ਪ੍ਰੋਸੈਸ ਹੁੰਦਾ ਜਿਵੇਂ ਨੋਮੀਨੇਸ਼ਨ ਦਾ ਪ੍ਰੋਸੈਸ ਹੁੰਦਾ, ਚੋਣ ਪ੍ਰਚਾਰ ਦਾ ਪ੍ਰੋਸੈਸ ਹੁੰਦਾ, ਉਸ ਤੋਂ ਬਾਅਦ ਜਿਵੇਂ ਬੀਤੇ ਦਿਨ ਜਿਹੜਾ ਰਿਟਰਨਿੰਗ ਅਫਸਰ ਤੋਂ ਸਰਟੀਫਿਕੇਟ ਉਹਨਾਂ ਦੇ ਮਾਤਾ ਜੀ ਨੇ ਲਿੱਤਾ, ਬੀਬੀ ਖਾਲੜਾ ਜੀ ਨੇ ਲਿੱਤਾ, ਸੋ ਅਗਲੀ ਉਹਨਾਂ ਦੀ ਰਣਨੀਤੀ ਕੀ ਹੋਏਗੀ? ਜਿਵੇਂ ਸੌਂਕ ਚੱਕ ਸਮਾਗਮ ਹੋਏਗਾ ਜਦੋਂ ਸਪੀਕਰ ਦੀ ਚੋਣ ਹੁੰਦੀ ਹੈ, ਉਸ ਬਾਰੇ ਵੀ ਉਹਨਾਂ ਨੇ ਕੋਈ ਚਰਚਾ ਕੀਤੀ ਤੁਹਾਡੇ ਨਾਲ? ਹਾਂਜੀ, ਉਹ ਸਹੁੰ ਸਮਾਗਮ ਦੇ ਵਿੱਚ ਹਿੱਸਾ ਲੈਣ ਬਾਰੇ ਚਰਚਾ ਹੋਈ ਸੀ। ਮੈਂ ਦੱਸਿਆ ਸੀ ਕਿ ਸੁਪਰੀਮ ਕੋਰਟ ਨੇ ਬਹੁਤ ਸਮੇਂ ਤੋਂ ਫੈਸਲੇ ਦਿੱਤੇ ਹੋਏ ਹੈ। ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਸੀ ਉਦੋਂ ਬੀਬੀ ਬਿਮਲ ਕੌਰ ਖਾਲਸਾ ਤੇ ਸਰਦਾਰ ਰੁਪਿੰਦਰਪਾਲ ਸਿੰਘ ਜਿਹੜੇ ਜੇਲ੍ਹ ਵਿੱਚ ਸੀ, ਉਹਨਾਂ ਨੇ ਆਪਣਾ ਸੁਪਰੀਮ ਕੋਰਟ ਦੇ ਵਿੱਚ ਰਿਟਰਨ ਕਰੀਆਂ
ਤਾਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਤੁਰੰਤ ਇਹਨਾਂ ਨੂੰ ਜਿਹੜਾ ਹੈ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿੱਚ ਲੈ ਕੇ ਜਾਇਆ ਜਾਵੇ ਅਤੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਇਹ ਹਿੱਸਾ ਲੈਣਗੇ ਅਤੇ ਉੱਥੇ ਸਪੀਕਰ ਸਾਹਿਬ ਇਹਨਾਂ ਨੂੰ ਜਿਹੜੀ ਹੈ ਉਹ ਸਹੁੰ ਚੁਕਾਉਣਗੇ। ਤਾਂ ਉਸ ਸਮੇਂ ਰਵੀ ਰੇ ਜਿਹੜੇ ਸੀ ਉੜੀਸਾ ਦੇ ਉਹ ਸਪੀਕਰ ਹੁੰਦੇ ਸੀ ਆਪਣਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ, ਉਹਨਾਂ ਨੇ ਇਹਨਾਂ ਦੋਹਾਂ ਨੂੰ ਸਹੁੰ ਚੁਕਾਈ ਸੀ, ਜੇਲ੍ਹ 'ਚੋਂ ਲੈ ਕੇ ਆਏ ਸੀਗੇ ਜੀ। ਅਤੇ ਹੁਣ ਮੌਜੂਦਾ ਸਮੇਂ ਵਿੱਚ ਸੰਜੇ ਸਿੰਘ ਜਿਹੜੇ ਆਮ ਪਾਰਟੀ ਦੇ ਨੇਤਾ ਨੇ ਉਹ ਦਿੱਲੀ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਰਾਜ ਸਭਾ ਉਸ ਸਮੇਂ ਉਹ ਜੇਲ੍ਹ ਵਿੱਚ ਸੀਗੇ, ਹੁਣ ਵੀ ਜੇਲ੍ਹ 'ਚ ਨੇ, ਅਤੇ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਰਿਟ ਕੀਤੀ। ਤਾਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਨੇ, ਇਸ ਲਈ ਭਾਰਤ ਦੇ ਵਾਈਸ ਪ੍ਰੈਜੀਡੈਂਟ ਉਪ ਰਾਸ਼ਟਰਪਤੀ ਉਹ ਸ੍ਰੀ ਜਗਜੀਤ ਧਨਖੜ ਉਹਨਾਂ ਨੂੰ ਸਹੁੰ ਚੁਕਾਉਣਗੇ ਰਾਜ ਸਭਾ ਦੇ ਮੈਂਬਰ ਦੇ ਤੌਰ 'ਤੇ, ਕਿਉਂਕਿ ਉਹ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ, ਅਤੇ ਉਹਨਾਂ ਨੂੰ ਤੁਰੰਤ ਉੱਥੇ ਰਾਜ ਸਭਾ ਦੇ ਸੈਸ਼ਨ ਵਿੱਚ ਲੈ ਕੇ ਜਾਇਆ ਜਾਵੇ, ਉਹ ਲੈ ਕੇ ਗਏ ਅਤੇ ਸਹੁੰ ਚੁਕਾਈ ਜੀ। ਸੋ ਸੁਪਰੀਮ ਕੋਰਟ ਨੇ ਉਸਦੇ ਵਿੱਚ ਮੁਕੰਮਲ ਤੌਰ 'ਤੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਵੀ ਇਸ ਤਰ੍ਹਾਂ ਕੋਈ ਇਲੈਕਟ ਹੁੰਦਾ ਉਸ ਨੂੰ ਜੇ ਰਾਜ ਸਭਾ ਦਾ ਤਾਂ ਰਾਜ ਸਭਾ ਦੇ ਚੇਅਰਮੈਨ ਕੋਲੇ, ਅਤੇ ਜੇ ਉਹ ਲੋਕ ਸਭਾ ਦਾ ਤਾਂ ਲੋਕ ਸਭਾ ਦੇ ਸਪੀਕਰ ਕੋਲੇ ਜੀ ਜਾ ਕੇ ਸਹੁੰ ਚੁਕਵਾਈ ਜਾਵੇ ਜੀ। ਅਤੇ ਇਸ ਸਮੇਂ ਜਿਹੜੀ ਹੁਣ ਨਵੀਂ ਸਰਕਾਰ ਨੇ ਅਜੇ ਆਪਦੇ ਵਿੱਚ ਉਹ ਹਲਫ ਲੈਣਾ, ਸਹੁੰ ਚੱਕਣੀ ਹੈ, ਅਤੇ ਉਸ ਤੋਂ ਬਾਅਦ ਫਿਰ ਸਪੀਕਰ ਚੁਣੇ ਜਾਣਾ ਆਪਣਾ ਲੋਕ ਸਭਾ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸਹੁੰ ਚੁੱਕ ਸਮਾਗਮ ਦੇ ਵਿੱਚ ਲਿਜਾਇਆ ਜਾਊ, ਸੈਸ਼ਨ ਦੇ ਵਿੱਚ ਵੀ ਹਿੱਸਾ ਲੈਣਗੇ। ਉਹ ਗੱਲਾਂ ਸਾਰੀਆਂ ਜਿਹੜੇ ਕਾਨੂੰਨੀ ਪੱਖ ਸੀ ਅੱਜ ਵਿਚਾਰੇ ਗਏ ਸੀ ਅਤੇ ਮੈਂ ਉਹਨਾਂ ਨੂੰ ਦੱਸਿਆ ਜੀ। ਹਾਂਜੀ ਖਾਲਸਾ ਜੀ, ਕੋਈ ਹੋਰ ਖਾਸ ਸੁਨੇਹਾ ਜੋ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਹਲਕਾ ਖੰਡੂਰ ਦੇ ਵੋਟਰਾਂ ਨੂੰ ਦਿੱਤਾ ਹੋਵੇ ਜਾਂ ਕੌਮ ਦੇ ਨਾਮ ਦਿੱਤਾ ਹੋਵੇ? ਦੇਖੋ ਸਾਰੀ ਕੌਮ ਨੂੰ ਸੁਨੇਹਾ ਦਿੱਤਾ, ਉਹ ਕੌਮ ਨੂੰ ਇਹੀ ਸੁਨੇਹਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੈ ਸਿੱਖ ਵਿਰੋਧੀ ਅੰਕਰਾਂ ਤੋਂ ਆਜ਼ਾਦ ਕਰਾਇਆ ਜਾਣ। ਦੋ ਸੰਸਥਾਵਾਂ ਦੇ ਨਾਲ ਹੀ ਸਿੱਖਾਂ ਦਾ ਭਵਿੱਖ ਜੁੜਿਆ ਹੋਇਆ ਅਤੇ ਖਾਲਸਾ ਪੰਥ ਦਾ ਭਵਿੱਖ ਇਹਨਾਂ ਦੋਹਾਂ ਸੰਸਥਾਵਾਂ ਦੇ ਆਜ਼ਾਦ ਕਰਾਏ ਤੋਂ ਚੜ੍ਹਦੀ ਕਲਾ ਵੱਲ ਜਾਵੇ ਜੀ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਅੱਜ ਵਿਸ਼ੇਸ਼ ਤੌਰ 'ਤੇ 21 ਜਿਹੜੀ ਚਰਚਾ ਉਹਨਾਂ ਦੀ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਹੋਈ। ਸੋ ਅਗਲੀ ਰਣਨੀਤੀ ਬਾਰੇ ਵੀ ਦੱਸਿਆ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ।